ਸਵਾਗਤ ਹੈ ਜੀ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਦੀ ਆਉਣ ਵਾਲੀ ਭਰਤੀ ਬਾਰੇ ਕਹੀ ਵੱਡੀ ਗੱਲ ਮਾਨਯੋਗ ਸਿੱਖਿਆ ਮੰਤਰੀ ਨੇ ਮਾਸਟਰ ਕਾਡਰ ਦੀਆਂ ਜੋ 24902 ਪੋਸਟਾਂ ਕੱਢੀਆਂ ਗਈਆਂ ਨੇ ਉਹਨਾਂ ਦੇ ਪੇਪਰ ਦੀ ਡੇਟਸ਼ੀਟ ਹੈ ਜੋ ਜਾਰੀ ਕਰਦੇ ਹੋਏ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਦੱਸਿਆ ਕਿ ਮੈਨੀ ਮੋਰ ਨਿਊ ਰਿਕਰੂਟਮੈਂਟਸ ਆਰ ਔਨ ਦਾ ਵੇ in education department only thanks to our cm bhagwant maan ji ta ohne ne ke education department de vich hor bahut sari recruitments ne jehdiyan oh bahut jaldi aon waliyan ne every school of punjab will have full teacher strength within a year eh bhi bahut vaddi gall akhi gayi hai ke 1 saal de vich vich jo punjab da har school hai oh de vich adhyapakaan di strength hai jehdi oh puri kar ditti javegi bhav ਜੋ ਅਧਿਆਪਕਾਂ ਦੀ ਘਾਟ ਹੈ ਸਕੂਲਾਂ ਦੇ ਵਿੱਚ ਇੱਕ ਸਾਲ ਦੇ ਵਿੱਚ ਵਿੱਚ ਉਹ ਸਾਰੀ ਘਾਟ ਪੂਰੀ ਕਰ ਦਿੱਤੀ ਜਾਵੇਗੀ ਮਿਸ਼ਨ ਐਜੂਕੇਸ਼ਨ ਪੰਜਾਬ ਠੀਕ ਹੈ ਜੀ ਬਹੁਤ ਇਹਨਾਂ ਦੇ ਅਕੋਰਡਿੰਗ ਹੈ ਜੋ ਭਰਤੀ ਹੈ ਜਿਹੜੀ ਹੋਰ ਪੋਸਟਾਂ ਦੀ ਬਹੁਤ ਜਲਦੀ ਆ ਸਕਦੀ ਹੈ ਤਾਂ ਜੋ ਨਿਰਧਾਰਿਤ ਸਮਾਂ ਜੋ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਦੱਸਿਆ ਉਹਦੇ ਵਿੱਚ ਵਿੱਚ ਜੋ ਅਧਿਆਪਕਾਂ ਦੀ ਘਾਟ ਹੈ ਜਿਹੜੀ ਸਕੂਲਾਂ ਦੇ ਵਿੱਚੋਂ ਪੂਰੀ ਕੀਤੀ ਜਾ ਸਕੇ ਹੋਰ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਵੈਂਸ ਨੇ ਅਧਿਆਪਕਾਂ ਦੀ ਆਉਣ ਵਾਲੀ ਭਰਤੀ ਬਾਰੇ ਕਹੀ ਵੱਡੀ ਗੱਲ ਮਾਨਯੋਗ ਸਿੱਖਿਆ ਮੰਤਰੀ ਨੇ ਮਾਸਟਰ ਕਾਡਰ ਦੀਆਂ ਜੋ 24902 ਪੋਸਟਾਂ ਕੱਢੀਆਂ ਗਈਆਂ ਨੇ ਉਹਨਾਂ ਦੇ ਪੇਪਰ ਦੀ ਡੇਟਸ਼ੀਟ ਹੈ ਜੋ ਜਾਰੀ ਕਰਦੇ ਹੋਏ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਦੱਸਿਆ ਕਿ ਮੈਨੀ ਮੋਰ ਨਿਊ ਰਿਕਰੂਟਮੈਂਟਸ ਆਰ ਔਨ ਦਾ ਵੇ ਇਨ এডਿਕੇਸ਼ਨ ਡਿਪਾਰਟਮੈਂਟ ਓਨਲੀ ਥੈਂਕਸ ਟੂ आवर सीएम ਭਗਵੰਤ ਮਾਨ ਜੀ ਤਾਂ ਉਹਨਾਂ ਨੇ ਕਿਹਾ ਕਿ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੋਰ ਬਹੁਤ ਸਾਰੀ ਰਿਕਰੂਟਮੈਂਟਸ ਨੇ ਜਿਹੜੀਆਂ ਉਹ ਬਹੁਤ ਜਲਦੀ ਆਉਣ ਵਾਲੀਆਂ ਨੇ ਐਵਰੀ ਸਕੂਲ ਆਫ ਪੰਜਾਬ ਬਿਲਵ ਹੈਵ ਫੁੱਲ ਟੀਚਰ ਸਟਰੈਂਥ ਵਿਦੀਨ ਅイヤー ਇਹ ਵੀ ਬਹੁਤ ਵੱਡੀ ਗੱਲ ਆਖੀ ਗਈ ਹੈ ਕਿ ਇੱਕ ਸਾਲ ਦੇ ਵਿੱਚ ਵਿੱਚ ਜੋ ਪੰਜਾਬ ਦਾ ਹਰ ਸਕੂਲ ਹੈ ਉਹਦੇ ਵਿੱਚ ਅਧਿਆਪਕਾਂ ਦੀ ਸਟਰੈਂਥ ਹੈ ਜਿਹੜੀ ਉਹ ਪੂਰੀ ਕਰ ਦਿੱਤੀ ਜਾਵੇਗੀ ਭਾਵ ਜੋ ਅਧਿਆਪਕਾਂ ਦੀ ਘਾਟ ਹੈ ਸਕੂਲਾਂ ਦੇ ਵਿੱਚ ਇੱਕ ਸਾਲ ਦੇ ਵਿੱਚ ਵਿੱਚ ਉਹ ਸਾਰੀ ਘਾਟ ਪੂਰੀ ਕਰ ਦਿੱਤੀ ਜਾਵੇਗੀ ਮਿਸ਼ਨ ਐਜੂਕੇਸ਼ਨ ਪੰਜਾਬ ਠੀਕ ਹੈ ਜੀ ਬਹੁਤ ਇਹਨਾਂ ਦੇ ਅਕੋਰਡਿੰਗ ਹੈ ਜੋ ਭਰਤੀ ਹੈ ਜਿਹੜੀ ਹੋਰ ਪੋਸਟਾਂ ਦੀ ਬਹੁਤ ਜਲਦੀ ਆ ਸਕਦੀ ਹੈ ਤਾਂ ਜੋ ਨਿਰਧਾਰਿਤ ਸਮਾਂ ਜੋ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਦੱਸਿਆ ਉਹਦੇ ਵਿੱਚ ਵਿੱਚ ਜੋ ਅਧਿਆਪਕਾਂ ਦੀ ਘਾਟ ਹੈ ਜਿਹੜੀ ਸਕੂਲਾਂ ਦੇ ਵਿੱਚੋਂ ਪੂਰੀ ਕੀਤੀ ਜਾ ਸਕੇ ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ